ਪੰਜਾਬੀ ਕਰਾਊਡ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇੱਕ ਵਾਰ ਫਿਰ ਤੋਂ ਤੁਹਾਡੇ ਲਈ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀ ਹੋਈ ਲੇਟੈਸਟ ਅਪਡੇਟ ਲੈ ਕੇ ਹਾਜ਼ਰ ਹਾਂ। ਦੱਸ ਦਈਏ ਕਿ ਇਹ ਅਪਡੇਟ ਰਿਲੇਟਡ ਹੈ ਵਨ ਐਂਡ ਓਨਲੀ ਬੱਬੂ ਮਾਨ ਦੇ ਨਾਲ। ਉਹਨਾਂ ਦੇ ਫੈਨ ਉਹਨਾਂ ਨੂੰ ਪਿਆਰ ਨਾਲ ਉਸਤਾਦ ਜੀ ਵੀ ਕਹਿੰਦੇ ਨੇ ਤੇ ਖੰਟ ਵਾਲਾ ਮਾਨ ਵੀ ਕਿਹਾ ਜਾਂਦਾ। ਸੋ ਫਾਈਨਲੀ ਬੱਬੂ ਮਾਨ ਦੇ ਫੈਨਸ ਦੇ ਲਈ ਖਾਸ ਅਪਡੇਟ ਆ ਚੁੱਕੀ ਹੈ, ਕਿਉਂਕਿ ਬੱਬੂ ਮਾਨ ਦੀ ਫਿਲਮ ਸੁੱਚਾ ਸੂਰਮਾ ਹੋ ਚੁੱਕੀ ਹੈ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼, ਤੇ ਸਿਨੇਮਾ ਘਰਾਂ ਦੇ ਵਿੱਚ ਲੱਗ ਰਹੇ ਨੇ ਮੇਲੇ ਬੱਬੂ ਮਾਨ ਦੇ ਚਾਹੁਣ ਵਾਲਿਆਂ ਦੇ, ਕਿਉਂਕਿ ਹੁਮ ਹੁਮਾ ਕੇ ਦਰਸ਼ਕ ਇਸ ਫਿਲਮ ਨੂੰ ਵੇਖਣ ਦੇ ਲਈ ਪਹੁੰਚ ਰਹੇ ਨੇ। ਤੇ ਦੱਸ ਦਈਏ ਕਿ ਇਸ ਫਿਲਮ ਦਾ ਇੰਤਜ਼ਾਰ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਸੀ, ਜਿਸ ਕਾਰਨ ਇੱਕ ਰਿਕਾਰਡ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਬਣਿਆ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਫੈਨਸ ਨੇ ਖੁਦ ਹੀ, ਆਡੀਅੰਸ ਨੇ ਖੁਦ ਹੀ ਫਿਲਮ ਦੀ ਪ੍ਰਮੋਸ਼ਨ ਦਾ ਜ਼ਿੰਮਾ ਵੀ ਸਾਂਭਿਆ ਹੋਇਆ ਸੀ। ਖੁਦ ਹੀ ਫੈਨਸ ਦੇ ਵੱਲੋਂ ਇਸ ਫਿਲਮ ਦੇ ਪੋਸਟਰਸ ਜਗ੍ਹਾ ਜਗ੍ਹਾ ਲਗਾਏ ਜਾ ਰਹੇ ਸੀ। ਤੇ ਫਾਈਨਲੀ ਜਦੋਂ ਕਿ ਹੁਣ ਫਿਲਮ ਸਿਨੇਮਾ ਘਰਾਂ ਦੇ ਵਿੱਚ ਪਹੁੰਚ ਚੁੱਕੀ ਹੈ, ਦਰਸ਼ਕਾਂ ਨੇ ਕੋਈ ਕਮੀ ਨਹੀਂ ਛੱਡੀ ਇਸ ਫਿਲਮ ਨੂੰ ਸੁਪਰ ਹਿੱਟ ਬਣਾਉਣ ਦੇ ਵਿੱਚ। ਤੇ ਜੇਕਰ ਅਸੀਂ ਫਸਟ ਡੇ ਕਲੈਕਸ਼ਨ ਦੀ ਗੱਲ ਕਰੀਏ, ਤੇ ਜੇਕਰ ਤੁਸੀਂ ਉਹ ਮਾਨ ਸਾਹਿਬ ਦੇ ਫੈਨ, ਤੇ ਸੁਣ ਕੇ ਹੋ ਜਾਵੋਗੇ ਹੋਰ ਵੀ ਜ਼ਿਆਦਾ ਖੁਸ਼, ਕਿਉਂਕਿ ਫਿਲਮ ਦੀ ਫਸਟ ਡੇ ਕਲੈਕਸ਼ਨ ਵੀ ਕਾਫੀ ਜ਼ਿਆਦਾ ਹੈ। 2.5 ਕਰੋੜ ਦੀ ਫਸਟ ਡੇ ਕਲੈਕਸ਼ਨ ਹੈ ਫਿਲਮ ਦੀ। ਵਰਲਡ ਵਾਈਡ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ, ਤੇ ਪਹਿਲੇ ਦਿਨ ਹੀ ਸੁੱਚਾ ਸੂਰਮਾ ਨੇ 2.5 ਕਰੋੜ ਦੀ ਕਲੈਕਸ਼ਨ ਕੀਤੀ ਹੈ, ਜਿਸ ਦੇ ਲਈ ਕਿ ਵੀਕਐਂਡ ਤੇ ਹੋਰ ਜ਼ਿਆਦਾ ਇਸ ਕਲੈਕਸ਼ਨ ਦੇ ਵਧਣ ਦੀ ਉਮੀਦ ਹੈ। ਯਾਨੀ ਕਿ ਵੀਕਐਂਡ ਦੇ ਉੱਤੇ ਇਹ ਕਲੈਕਸ਼ਨ ਹੋਰ ਜ਼ਿਆਦਾ ਹੋ ਸਕਦੀ ਹੈ, 3-4-5 ਕਰੋੜ ਤੱਕ ਦੀ ਵੀ ਹੋ ਸਕਦੀ ਹੈ। ਵੇਖਣਾ ਕਾਫੀ ਇੰਟਰਸਟਿੰਗ ਰਹੇਗਾ ਵੀਕਐਂਡ ਤੇ ਫਿਲਮ ਕਿੰਨੀ ਕਲੈਕਸ਼ਨ ਕਰਦੀ ਹੈ। ਪਹਿਲੇ ਹੀ ਦਿਨ ਇੱਕ ਪੰਜਾਬੀ ਫਿਲਮ ਦਾ 2.5 ਕਰੋੜ ਰੁਪਏ ਦੀ ਵਰਲਡ ਵਾਈਡ ਕਲੈਕਸ਼ਨ ਕਰਨਾ ਕਾਫੀ ਵੱਡੀ ਗੱਲ ਹੁੰਦੀ ਹੈ। ਸੋ ਉਮੀਦ ਕਰਦੇ ਹਾਂ ਜੀ ਮਾਨ ਸਾਹਿਬ ਦੇ ਫੈਨਸ ਇੱਕ ਵਾਰ ਫਿਰ ਤੋਂ ਉਹਨਾਂ ਦੀ ਗੱਜ ਵੱਜ ਕੇ ਸਪੋਰਟ ਕਰਨਗੇ, ਤੇ ਮਾਨ ਸਾਹਿਬ ਦੇ ਵੱਲੋਂ ਇੱਕ ਵਾਰ ਫਿਰ ਤੋਂ ਹੀ ਬਣਾ ਲਿਆ ਜਾਵੇਗਾ ਰਿਕਾਰਡ। ਤੇ ਹੁਣ ਜੇਕਰ ਗੱਲ ਕਰੀਏ ਕੁਝ ਵੀਡੀਓ ਕਲਿਪਸ ਦੀ, ਦਰਸ਼ਕਾਂ ਦੇ ਜਿੱਥੇ ਆਡੀਅੰਸ ਦੇ ਰਿਵਿਊਜ਼ ਸਾਹਮਣੇ ਆ ਰਹੇ ਨੇ ਸੁੱਚਾ ਸੂਰਮਾ ਫਿਲਮ ਦੇ ਲਈ, ਬੱਬੂ ਮਾਨ ਦੇ ਲਈ ਉਹਨਾਂ ਦਾ ਪਿਆਰ ਸਾਹਮਣੇ ਆ ਰਿਹਾ ਹੈ ਦਰਸ਼ਕਾਂ ਦਾ, ਤੇ ਨਾਲ ਹੀ ਸਿਨੇਮਾ ਘਰਾਂ ਦੇ ਵਿੱਚ ਜੋ ਦਰਸ਼ਕ ਉਹਨਾਂ ਦੀ ਫਿਲਮ ਨੂੰ ਵੇਖਦੇ ਹੋਏ ਭੰਗੜੇ ਪਾ ਰਹੇ ਨੇ, ਨੋਟ ਵਰ ਰਹੇ ਨੇ, ਉਹਨਾਂ ਦੀਆਂ ਤਸਵੀਰਾਂ, ਉਹਨਾਂ ਦੀਆਂ ਕੁਝ ਵੀਡੀਓ ਕਲਿਪਸ ਵੀ ਸਾਹਮਣੇ ਆ ਰਹੀਆਂ ਨੇ, ਜਿਸ ਨੂੰ ਬੱਬੂ ਮਾਨ ਹੋਰਾਂ ਦੇ ਫੈਨਸ ਦੇ ਵੱਲੋਂ ਸੋਸ਼ਲ ਮੀਡੀਆ ਤੇ ਵੀ ਸਾਂਝਾ ਕੀਤਾ ਜਾ ਰਿਹਾ ਹੈ। ਬੱਬੂ ਮਾਨ ਦੀ ਫੈਨ ਫੋਲੋਇੰਗ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਵੀ ਲਗਾ ਸਕਦੇ ਹੋ। ਸੋ ਖੰਟ ਵਾਲੇ ਮਾਨ ਨੇ ਇੱਕ ਵਾਰ ਫਿਰ ਤੋਂ ਬਣਾ ਦਿੱਤਾ ਹੈ ਜੀ ਰਿਕਾਰਡ, ਤੇ ਆਪਣੀ ਫਿਲਮ ਦੀ ਕੀਤੀ ਹੈ ਗ੍ਰੈਂਡ ਓਪਨਿੰਗ, ਤੇ ਪਹਿਲੇ ਹੀ ਦਿਨ ਸੁੱਚਾ ਸੂਰਮਾ ਨੇ ਕੀਤੀ ਹੈ 2.5 ਕਰੋੜ ਦੀ ਵਰਲਡ ਵਾਈਡ ਕਲੈਕਸ਼ਨ। ਸੋ ਤੁਹਾਡਾ ਇਸ ਦੇ ਲਈ ਕੀ ਕਹਿਣਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ। ਇਸ ਫਿਲਮ ਦੇ ਵਿੱਚ ਬੱਬੂ ਮਾਨ ਸੁੱਚਾ ਸੂਰਮਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆ ਰਹੇ ਨੇ। ਅਮਿਤੋਜ ਮਾਨ ਨੇ ਫਿਲਮ ਨੂੰ ਡਾਇਰੈਕਟ ਕੀਤਾ ਹੈ, ਤੇ ਪ੍ਰੋਡਿਊਸਰ ਨੇ ਜੀ ਸੁਮਿਤ ਸਿੰਘ। ਸਾਗਾ ਸਟੂਡੀਓਜ਼ ਤੇ 7 Colors ਮੋਸ਼ਨ ਪਿਕਚਰ ਦੇ ਬੈਨਰ ਹੇਠ ਫਿਲਮ 20 September ਨੂੰ ਸਿਨੇਮਾ ਘਰਾਂ ਦੇ ਵਿੱਚ ਲੱਗੀ, ਤੇ ਪਹਿਲੇ ਹੀ ਦਿਨ ਫਿਲਮ ਨੇ ਕੀਤੀ 2.5 ਕਰੋੜ ਦੀ ਕਲੈਕਸ਼ਨ। ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਦੱਸੋ, ਤੇ ਇਹ ਵੀ ਦੱਸੋ ਕਿ ਵੀਕਐਂਡ ਤੇ ਇਹ ਫਿਲਮ ਕਿੰਨੀ ਕਲੈਕਸ਼ਨ ਕਰ ਸਕਦੀ ਹੈ। ਫਿਲਹਾਲ ਦੇ ਲਈ ਇਸ ਵੀਡੀਓ ਅਪਡੇਟ ਦੇ ਵਿੱਚ ਬਸ ਇੰਨਾ ਹੀ। ਹੋਰ ਅਪਡੇਟਸ ਦੇ ਲਈ ਤੁਸੀਂ ਪੰਜਾਬੀ ਕਰਾਊਡ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ। ਧੰਨਵਾਦ।